ਤੇ ਜੀ ਡੋਗਰੀ ਦੀ ਮਿੰਜਰੀਆਂ ਚ ਇੱਕ ਵਾਰੀ ਫੇਰ ਅੱਜ ਹਾਸ ਡੋਗਰਾ ਟਾਕਰੀ ਅੱਖਰਾਂ ਹੀ ਗੱਲ ਕਰਗੇ ਸਾਰੇ ਤੋਂ ਪਹਿਲੇ ਉਹਦਾ ਸਾਰਿਆਂ ਦਾ ਮਤਮਤਾ ਧੰਨਵਾਦ ਜਿਹੜੇ ਫੋਨ ਕਾਲ ਦੇ ਰਹੇ ਆਂ ਜਾਂ ਔਰ ਸੋਸ਼ਲ ਮੀਡੀਆ ਦੇ ਰਹੇ ਆਂ ਜਿਹੜਾ ਇਹ ਪ੍ਰੋਗਰਾਮ ਹੈ ਡੋਗਰਾ ਟਾਕਰੀ ਅੱਖਰ ਸਿੱਖਣੇ ਦੇ ਸਖਾਣੇ ਦਾ ਇਹਦੇ ਵਿੱਚ ਆਪਣਾ ਯੋਗਦਾਨ ਦਿਆ ਕਰਦੇ ਨੇ ਤੇ ਅੱਜ ਦੇ ਦੋ ਅੱਖਰਸ ਔਰ ਸਿੱਖੇ ਇਹ ਦੋ ਅੱਖਰ ਵੀ ਜਿਕੇ ਸੰਸਕ੍ਰਿਤ ਭਾਸ਼ਾ ਉਦਰ ਸਮਲ ਲੱਤ ਕੇ ਦਿਨ ਜਾਨੀ ਕਿ ਦੇਵਨਾਗਰੀ ਦਿਨ ਤੇ ਆਓ ਅਸ ਉਹ ਗਰੀਦਿਆਂ ਨੂੰ ਸਾਡੇ ਪਹਿਲਾ ਯਾਅ ਹੀ ਥਾ ਤੇ ਦੁਆ ਦੁਆ ਜਿਹੜਾ ਯਾਅ ਹੀ ਥਾ ਤੇ ਇਹਨੇ ਹੀ ਕੋਤੇ ਕੋਤੇ ਇਹ ਚਾਲੀ ਵੀ ਲਿਖਿਆ ਦੇਖਿਆ ਮੈਂ ਇੰਨ੍ਹਾ ਤੇਸੀ ਇੰਨ੍ਹਾ ਵੀ ਠੀਕ ਹੈ ਇਸੇ ਲੀਆਖੇ ਅੰਦਾ ਹੈ ਤੇ ਇਸੇ ਲੀਆਖੇ ਜਾਂਦਾ ਠੀਕ ਹੈ ਤੇ ਉਹਦੇ ਬਾਅਦ ਜਿ ਕਿ ਦੇਵਨਾਗਰੀ ਚ ਇੰਜ ਕਿੰਨਾ ਲਿਖਿਆ ਜਾਂਦਾ ਹੈ ਉਹ ਵੀ ਦਿਖਿਲਾਓ ਇਹ ਦੇਵਨਾਗਰੀ ਚ ਇੰਜ ਲਿਖਿਆ ਜਾਂਦਾ ਸੀ ਤੇ ਜਿਹੜਾ ਸਾਡਾ ਦੂਆ ਆ ਇਸੇ ਦੇਵਨਾਗਰੀ ਚ ਇੰਜ ਲਿਖਿਆ ਜਾਂਦਾ ਤੇ ਬੜੇ ਘੱਟ ਇਸਤੇਮਾਲ ਹੁੰਦੇ ਨੇ ਕਿਆ ਡੋਗਰਾ ਟਾਕਰੀਏ ਖਰੇਚ ਜਾਨੀ ਕਿ ਡੋਗਰੀ ਚ ਕਿਆ ਦੇਵਨਾਗਰੀ ਵਿੱਚ ਇਹ ਸਾਡੇ ਅੱਜ ਦੇ ਦੋ ਅੱਖਰੇ ਲੀ ਲੀ ਤੇ ਇਹ ਇੰਜੇ ਵੀ ਲਿਖਿਆ ਜਾਂਦਾ ਨਹੀਂ ਤੇ ਇੰਜੇ ਵੀ ਲਿਖਿਆ ਜਾਂਦਾ ਸੀ ਠੀਕ ਹੈ ਕ੍ਰਿਪਤਮ ਇਹ ਦੇਵਨਾਗਰੀ ਦੇ ਇਹ ਵੀ ਦੇਵਨਾਗਰੀ ਦੇ ਇਹ ਸਾਰਾ ਡੋਗਰਾ ਟਾਕਰੀ ਅੱਖਰ ਹੈ ਲੀ ਤੇ ਉਹ ਬਾਤ ਜਿੰਨਾਂ ਕੀ ਮੈਂ ਤੁਹਾਨੂੰ ਦੱਸਿਆ ਕਿ ਬੜੇ ਘੱਟ ਯੂਜ਼ ਹੁੰਦੇ ਨੇ ਤੁਸ ਕੰਨਾਗੇ ਤੁਸੇ ਕੀ ਆਪਣੇ ਦੋਸਤਾਂ 'ਤੇ ਕੰਨੇ ਵੀਡੀਓ ਸ਼ੇਅਰ ਕਰੋ ਤੇ ਡੋਗਰਾ ਟਾਕ ਰਿ ਅੱਖਰ ਜਿਹੜੇ ਇਹ ਸਾਰੇ ਇੱਕ ਵਾਰੀ ਦੁਬਾਰਾ ਕੋਸ਼ਿਸ਼ ਕਰੋ ਕਿ ਉਹ ਆਮ ਬੋਲਚਾਲ ਵਿਚਾਨ ਤੇ ਜਿਆਦਾ ਕੋਲ ਜਿਆਦਾ ਲੋਕੀ ਇਹ ਦਵਾਰ ਅਵੇਅਰਨੈਸ ਹੋਏ ਕਿ ਸਾਡੇ ਆਪਣੇ ਡੋਗਰੀ ਦੇ ਆਪਣੇ ਅੱਖਰ ਇਹ ਸ਼ੁਕਰੀਆ ਥੈਂਕਸ ਫॉर ਵਾਚਿੰਗ ਸੁਬਿਹ